ਅੱਜ ਮੈਂ ਸੋਚਿਆ ਦੇਖਾਂ ਤਾਂ ਸਹੀ ਖਿਆਲਾਂ ਦੀ ਉਡਾਰੀ ਮਾਰ ਕੇ ਪਿੰਡੇ ਚੋਂ ਜਦੋਂ ਰੂਹ ਦਾ ਪੰਛੀ ਉੱਡ ਜਾਏ ਆਖਰੀ ਜਿਹਾ ਸਾਹ ਮਾਰ ਕੇ ਫਿਰ ਆਪਣੇ ਆਪ ਨੂੰ ਬੇਪਹਿਰਹਨ ਲੋਹੇ ਦੇ ਮੇਜ਼ ਤੇ ਸੌਂਦੇ ਦੇਖਿਆ ਨੇੜਲਿਆਂ ਦੇ ਵਿਰਲਾਪ ਦਹੀਂ ਨਾਲ ਨਹਾ ਕੱਪੜੇ ਪਾਉਂਦੇ ਦੇਖਿਆ ਫਿਰ ਭਾਈ ਜੀ ਆਏ ਤੇ ਅਰਦਾਸ ਹੋ ਗਈ ਚੀਕ ਵੱਜੀ ਮਾਂ ਰੋਈ ਜਿਵੇਂ ਆਖਰੀ ਰਾਤ ਹੋ ਗਈ ਘਰ ਆਏ ਚਿੱਟੀ ਚਾਦਰ ਡਾਹੀ ਉੱਤੇ ਬੈਠੇ ਮਿੱਤਰ ਚਾਰ ਸੀ ਪਾਠ ਕਿੱਥੇ ਰੱਖੀਏ ਕੱਠ ਬਾਲਾ ਨਹੀਂ ਕਰਨਾ ਇਹ ਵਿਚਾਰ ਸੀ ਤੀਹ ਕੁ ਜਾਣੇ ਇਕੱਠੇ ਹੋਏ ਲਹਿੰਦੇ ਵੱਲ ਨੂੰ ਤੁਰ ਪਏ ਭਾਈ ਜੀ ਆਏ ਸੋਹਲੇ ਪੜੇ ਕਰ ਅਰਦਾਸ ਜੁੜ ਪਏ ਆ ਜੋ ਜਿਹਨੇ ਦੇਖਣਾ ਚਿਹਰਾ ਜਾਂਦੀ ਵਾਰ ਦਾ ਫਿਰ ਇਕਦਮ ਘੇਰਾ ਜਿਹਾ ਪੈ ਗਿਆ ਕੋਈ ਮੱਥਾ ਚੁੰਮੇ ਮੱਥਾ ਟੇਕੇ ਫੁੱਲ ਪਾਵੇ ਹਾਰ ਦਾ ਇੰਨੇ ਨੂੰ ਇਸ਼ਾਰਾ ਜਿਹਾ ਹੋ ਗਿਆ ਢੱਕਣ ਹੋਇਆ ਬੰਦ ਤੇ ਚੀਕ ਚਿਹਾੜਾ ਜਿਹਾ ਹੋ ਗਿਆ ਬਲਦੀ ਪੱਠੀ ਤੇ ਮੈਂ ਡੱਬੇ ਵਿੱਚ ਬੰਦ ਸੀ ਜਿਹੜੇ ਮੈਨੂੰ ਬਹੁਤ ਚਾਹੁਣ ਖੜੇ ਪਿੱਛੇ ਕੰਧ ਸੀ ਅਰਦਾਸ ਹੋ ਰਹੀ ਤੇ ਜਾਪੇ ਪੱਖੇ ਦਾ ਜ਼ੋਰ ਸੀ ਅੱਗ ਦੀ ਮਹਿਕ ਤੇ ਗੁਰਬਾਣੀ ਦੀ ਲੋੜ ਸੀ ਸਾਰਿਆਂ ਨੇ ਗਲੇ ਲੱਗ ਹੌਸਲਾ ਜਿਹਾ ਦੇਣਾ ਸੀ ਗੁਰਦੁਆਰੇ ਵੱਲ ਤੁਰ ਪਓ ਏਦਾਂ ਜਿਹਾ ਕਹਿਣਾ ਸੀ ਅਰਦਾਸ ਹੋਈ ਪ੍ਰਸ਼ਾਦਾ ਚੱਕ ਘਰੋ ਘਰੀ ਮੁੜ ਪਏ ਮੈਂ ਤੇ ਮੇਰੀ ਸੋਚ ਲਿਖਦੇ ਲਿਖਦੇ ਰੋਸ਼ਨੀ ਨਾਲ ਜੁੜ ਪਏ।